ਦੋ ਬਹੁਤ ਵੱਡੀ ਖਬਰਾਂ ਨਿਕਲ ਕੇ ਆ ਰਹੀਆਂ ਹਨ ਪਹਿਲੀ ਖਬਰ ਤਾਂ ਇਹ ਹੀ ਆ ਕਿ ਜਿਹੜੇ ਤੁਹਾਡੇ ਨਵੰਬਰ ਦਸੰਬਰ ਮਹੀਨੇ ਦੇ ਵਿੱਚ ਟੈਸਟ ਹੋਣੇ ਹਨ ਬਾਈ ਮੰਥਲੀ ਟੈਸਟ ਹੋਣੇ ਹਨ 6ਵੀਂ ਤੋਂ 12ਵੀਂ ਦੇ ਉਹਨਾਂ ਦੇ ਲਈ ਡੇਟਸ਼ੀਟ ਬਾਰੇ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਆ ਗਿਆ ਵਾ ਤੇ ਦੂਸਰੀ ਇੱਕ ਇਹ ਖਬਰ ਆ ਦੇਖ ਸਕਦੇ ਹੋ PSCB ਅਲਰਟ 10ਵੀਂ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਲਈ 2800 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਆਨਲਾਈਨ ਇਤਰਾਜ਼ ਵੀ ਮੰਗੇ ਠੀਕ ਹੈ ਜੀ ਤਾਂ ਚਲੋ ਦੋਸਤੋ ਪੂਰੀ ਖਬਰ ਦੇਖਦੇ ਆ ਕਿ ਇਹ ਸਭ ਤੋਂ ਪਹਿਲਾਂ ਇਹ ਖਬਰ ਤੁਸੀਂ ਆ ਦੇਖ ਸਕਦੇ ਹੋ 28 ਨਵੰਬਰ ਕੱਲ੍ਹ ਹੀ ਨੋਟਿਸ ਜਿਹੜਾ ਹੈਗਾ ਵਾ ਜਾਰੀ ਹੋ ਗਿਆ ਸੀਗਾ ਬਾਇਮੰਥਲੀ ਟੈਸਟ ਟੂ ਕਰੋਨਾ ਸੰਬੰਧੀ ਸਕੂਲਾਂ ਵਿੱਚ 2023-24 ਸੈਸ਼ਨ ਦੇ ਵਿੱਚ ਤਾਂ ਦੇਖੋ ਇਹਦੇ ਵਿੱਚ ਕੀ ਹੈ ਉਪਰਕਤ ਵਿਸ਼ੇ ਅਤੇ ਹਵਾਲਾ ਪੱਤਰ ਅਧੀਨ ਧਿਆਨ ਦੇਣ ਦੇਲ ਖਿੱਚ ਕੀਤੀ ਜਾਵੇ ਜੀ ਸੈਸ਼ਨ 2023-24 ਦੌਰਾਨ 6ਵੀਂ ਤੋਂ 12ਵੀਂ ਜਮਾਤਾਂ ਲਈ बाई मंथली टेस्ट 2 मिट्टी 29 नवंबर 2023 तो 11 दिसंबर 2023 तक करवाए जाने हैं मतलब आज 29 नवंबर हैगी है ते आज तो ਤੁਹਾਡੇ ਸਕੂਲਾਂ ਦੇ ਵਿੱਚ ਸ਼ੁਰੂ ਹੋ ਗਏ ਹੋਣੇ ਹਨ ਅਗਰ ਅੱਜ ਨਹੀਂ ਹੋਏ ਤਾਂ ਕੱਲ ਹੋ ਜਾਣਗੇ ਕੱਲ ਨਹੀਂ ਹੋਇਆ ਤਾਂ ਪਰਸੋਂ ਸ਼ੁਰੂ ਹੋ ਜਾਣਗੇ ਕਿਉਂਕਿ 28 ਤਰੀਕ ਨੂੰ ਹੀ ਨੋਟਿਸ ਆਇਆ ਤੇ ਅਗਲੇ ਦਿਨ ਤੋਂ ਹੀ ਤੁਹਾਡਾ ਇਹ ਇੱਥੇ ਐਲਾਨ ਹੋ ਗਿਆ ਵਾ ਕਿ ਟੈਸਟ ਕਰਾ ਲਓ 29 ਤੋਂ ਅੱਗੇ ਹੈ ਆਪਣਾ ਇਹ ਟੈਸਟ ਜਿਹੜਾ ਹੈਗਾ ਸਕੂਲ ਮੁਖੀ 6ਵੀਂ ਤੋਂ 12ਵੀਂ ਆਲ ਆਫ ਸਟ੍ਰੀਮਸ ਜਮਾਤਾਂ ਦੀ ਡੇਟਸ਼ੀਟ ਤਿਆਰ ਕਰਕੇ ਆਪਣੇ ਪੱਧਰ ਤੇ ਕਰਉਣਗੇ ਆਪ ਹੀ ਡੇਟਸ਼ੀਟ ਤਿਆਰ ਕਰਨਗੇ ਆਪ ਹੀ ਕੁਐਸਚਨ ਪੇਪਰ ਤਿਆਰ ਕਰਾ ਕੇ ਤੁਹਾਡੇ ਜਿਹੜੇ ਕਿ ਸਕੂਲ ਵਾਲੇ ਟੈਸਟ ਲੈਣਗੇ ਇਹ ਟੈਸਟ ਆਫਲਾਈਨ ਹੋਵੇਗਾ ਇਸ ਲਈ ਸਕੂਲ ਮੁਖੀ ਵਿਦਿਆਰਥੀਆਂ ਦੀ ਤਿਆਰੀ ਲਈ ਹਾਜ਼ਰੀ ਅਤੇ ਮੁਕੰਮਲ ਦੁਹਰਾਈ ਯਕੀਨੀ ਬਣਾਉਣਗੇ ਇਹ ਟੈਸਟ ਹਰ ਇੱਕ ਜਮਾਤ ਦੇ ਅਕਤੂਬਰ ਅਤੇ ਨਵੰਬਰ 2023 ਦੇ ਸਿਲੇਬਸ ਵਿੱਚੋਂ ਲਿਆ ਜਾਏਗਾ ਸਿਲੇਬਸ ਕਿਹੜਾ ਵਾ ਅਕਤੂਬਰ ਅਤੇ ਨਵੰਬਰ ਦਾ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਇਹ ਪੇਪਰ ਹੋਏਗਾ ਇਹ ਟੈਸਟ ਲਈ ਪ੍ਰਸ਼ਨ ਪੱਤਰ ਸਕੂਲ ਮੁਖੀ ਵੱਲੋਂ ਸਬੰਧਤ ਵਿਸ਼ਾ ਦੇ ਅਧਿਆਪਕ ਵੱਲੋਂ ਤਿਆਰ ਤਿਆਰ ਕਰਵਾਏ ਜਾਣਗੇ ਇਹ ਟੈਸਟ ਕੁੱਲ 20 ਅੰਕ ਦਾ ਹੋਵੇਗਾ ਤੇ ਅਧਿਆਪਕਾਂ ਵੱਲੋਂ ਆਪਣੇ ਪੀਰੀਅਡ ਦੌਰਾਨ ਹੀ ਇਹ ਲਿਆ ਜਾਵੇਗਾ ਇਹ ਧਿਆਨ ਰੱਖਿਆ ਜਾਵੇ ਕਿ 6ਵੀਂ ਤੋਂ 8ਵੀਂ ਜਮਾਤਾਂ ਦੇ ਇਹ ਟੈਸਟ ਮਿਸ਼ਨ ਸਮਰਥ ਲਈ ਦਿੱਤੇ ਪੀਰੀਅਡਾਂ ਵਿੱਚ ਨਾ ਲਏ ਜਾਣ ਠੀਕ ਹੈ ਬਹੁਤ ਹੀ ਵੱਡੀ ਵੱਡੀ ਗੱਲਾਂ ਲਿਖੀਆਂ ਹੋਈਆਂ ਨੇ ਸਕੂਲ ਮੁਖੀ ਜਿਹੜਾ ਹੈਗਾ ਵਾ ਮਤਲਬ ਜਿਹੜਾ ਤੁਹਾਡਾ ਅਧਿਆਪਕ ਤੁਹਾਨੂੰ ਅਗਰ ਮੈਥ ਪੜ੍ਹਾਉਂਦਾ ਵਾ ਤਾਂ ਉਹੀ ਤੁਹਾਡਾ ਮੈਥ ਦਾ ਪੇਪਰ ਦਾ ਕੁਐਸਚਨ ਪੇਪਰ ਬਣਾ ਕੇ ਟੈਸਟ ਲਏਗਾ ਤੇ 2 ਅੰਕ ਦਾ ਇਹ ਪੇਪਰ ਹੋਵੇਗਾ ਤੁਹਾਡਾ ਇੰਗਲਿਸ਼ ਦਾ ਟੀਚਰ ਇੰਗਲਿਸ਼ ਦਾ ਕੁਐਸਚਨ ਪੇਪਰ ਪਾ ਕੇ ਤੁਹਾਡਾ ਟੈਸਟ ਲਏਗਾ ਉਹ ਵੀ ਇੰਗਲਿਸ਼ ਦੇ ਪੀਰੀਅਡ ਦੇ ਵਿੱਚ ਹੀ ਅਲੱਗ ਤੋਂ ਕੋਈ ਟਾਈਮਿੰਗ ਨਹੀਂ ਆਈ ਥੀ ਅੱਗੇ ਆਪਣਾ ਬਾਈ ਮੰਥਲੀ ਟੈਸਟ 2 ਦੀਆਂ ਉੱਤਰ ਪੱਤਰੀਆਂ ਚੈੱਕ ਕਰਨ ਉਪਰੰਤ ਇਸ ਦਾ ਪੂਰਾ ਰਿਕਾਰਡ ਇਸ ਵਿਸ਼ਾ ਵਾਰ ਜਮਾਤ ਵਾਈਜ਼ ਅਤੇ ਵਿਦਿਆਰਥੀ ਵਾਈਜ਼ ਸਕੂਲ ਪੱਧਰ ਤੇ ਰੱਖਿਆ ਜਾਵੇਗਾ ਸਕੂਲ ਮੁਖੀ ਵੱਲੋਂ ਇਸ ਟੈਸਟ ਦਾ ਨਤੀਜਾ ਜਿਹੜਾ ਹੈਗਾ ਵਾ ਮਿਤੀ ਦਸੰਬਰ 15 2023 ਤੱਕ ਕਰਵਾ ਦਿੱਤਾ ਅ ਕਰਵਾ ਲਿਆ ਜਾਵੇਗਾ ਠੀਕ ਹੈ ਜੀ ਤਾਂ ਨਤੀਜਾ ਜਿਹੜਾ ਹੈਗਾ 15 ਦਸੰਬਰ ਤੱਕ ਪੇਪਰ ਜਿਹੜੇ ਤੁਹਾਡੇ ਹੈਗੇ ਆ ਇਹ ਜਿਹੜੇ ਟੈਸਟ ਨੇ ਉਹ 11 ਦਸੰਬਰ ਤੱਕ ਮੁੱਕ ਜਾਣਗੇ ਤਾਂ ਇਹ ਦੋਸਤੋ ਇੱਕ ਨੋਟਿਸ ਆਇਆ ਸੀਗਾ ਤੁਹਾਡੇ 6ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਦੇ ਲਈ ਬਾਕੀ ਇਹ ਇੱਕ ਹੋਰ ਖਬਰ ਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2023-24 ਲਈ 10ਵੀਂ ਤੇ 12ਵੀਂ ਲਈ ਪ੍ਰੀਖਿਆ ਕੇਂਦਰਾਂ ਲਈ ਅਰਜ਼ੀਆਂ ਦੇ ਆਧਾਰ ਤੇ ਦੋਸਤੋ ਬੋਰਡ ਨੇ 2800 ਦੇ ਕਰੀਬ ਪ੍ਰੀਖਿਆ ਕੇਂਦਰ ਬਣਾਏ ਹਨ ਜਿਨ੍ਹਾਂ ਦੇ ਆਨਲਾਈਨ ਪੋਰਟਲ ਤੇ ਇਤਰਾਜ ਦਾਖਲਾ ਕਰਨਾ ਹੋਣਗੇ ਠੀਕ ਹੈ ਜੀ ਤੱਗੇ ਨਾਨੀ ਕੀ ਲਿਖਿਆ ਹੈ ਕਿ ਜਿਹੜਾ ਹੈਗਾ ਬਾ ਦਸਣਾ ਬਣਦਾ ਹੈ ਕਿ ਹਰੇਕ ਸਾਲ ਬੋਰਡ ਦੀਆਂ ਇਹਨਾਂ ਦੋਵਾਂ ਜਮਾਤਾਂ 'ਚ 6.5 ਲੱਖ ਤੋਂ ਵੱਧ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ ਜਿਨ੍ਹਾਂ ਵਾਸਤੇ ਸਕੂਲ ਸਿੱਖਿਆ ਬੋਰਡ ਵੱਡੇ ਪੱਧਰ ਤੇ ਉੱਡਣ ਦਸਤੇ ਪ੍ਰੀਖਿਆ ਕੇਂਦਰ ਸੁਪਰਡੈਂਟ ਤੋਂ ਇਲਾਵਾ ਵੱਡੇ ਪੱਧਰ ਤੇ ਅਧਿਆਪਕਾਂ ਤੇ ਅਫਸਰਾਂ ਦੀਆਂ ਦੂਤੀਆਂ ਲਗਾਉਂਦਾ ਹੈ ਇਹ ਪ੍ਰਕਿਰਿਆ ਸਿਰੇ ਚੜਨ ਤੋਂ ਬਾਅਦ ਸਾਲ 2024 'ਚ ਸਾਲਾਨਾ ਪ੍ਰੀਖਿਆਵਾਂ ਹੋਣਗੀਆਂ ਤਾਂ ਫਿਲਹਾਲ ਇਹ ਦੋਸਤੋ ਦੋ ਖਬਰਾਂ ਨਿਕਲ ਕੇ ਆ ਰਹੀਆਂ ਸੰ ਜੋ ਕਿ ਅਸੀਂ ਤੁਹਾਨੂੰ ਦੱਸ ਦਿੱਤੀਆਂ ਹਨ ਬਾਕੀ ਕੋਈ ਕਨਫਿਊਜ਼ਨ ਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ